ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਆ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਸੈਂਟਰ ਚੰਡੀਗੜ੍ਹ ਨੇ ਸੂਬਾ ਸਕੱਤਰਾਂ ਨਾਲ ਮਿਲ ਕੇ ਇੱਕ ਵੱਡਾ ਫੈਸਲਾ ਲੈ ਲਿੱਤਾ। ਹੁਣ ਕੋਈ ਵੀ ਰਾਜ PGI 'ਚ ਕਿਸੇ ਵੀ ਕੋਰੋਨਾ ਮਰੀਜ਼ ਨੂੰ ਰੈਫਰ ਨਹੀਂ ਕਰ ਸਕਦਾ। ਮਰੀਜ਼ ਨੂੰ ਭੇਜਣ ਲਈ ਪਹਿਲਾਂ PGI ਦੇ ਨੋਡਲ ਆਫਿਸਰ ਤੋਂ ਇਜਾਜ਼ਤ ਲੈਣੀ ਪਵੇਗੀ, ਜਿਸ ਤੋਂ ਬਾਅਦ ਹਸਪਤਾਲ ਤੋਂ ਆਗਿਆ ਮਿਲਣ 'ਤੇ ਹੀ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਵੇਗਾ। PGI ਡਾਇਰੈਕਟਰ ਜਗਤ ਰਾਮ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਸੂਬਾ ਸਕੱਤਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਕੋਰੋਨਾ ਦੇ ਮਰੀਜ਼ ਹੁਣ PGI 'ਚ ਐਡਮਿਟ ਨਹੀਂ ਹੋਣਗੇ। ਜੇਕਰ ਕਿਸੇ ਹਸਪਤਾਲ ਨੇ ਬਿਨਾਂ ਇਜਾਜ਼ਤ ਤੇ ਹੀ ਮਰੀਜ਼ ਨੂੰ ਰੈਫਰ ਕਰ ਦਿੱਤਾ ਤਾਂ PGI ਦੇ ਵਿੱਚ ਦਾਖਲਾ ਨਹੀਂ ਉਸਦਾ ਕੀਤਾ ਜਾਵੇਗਾ। ਰਾਜਧਾਨੀ ਚੰਡੀਗੜ੍ਹ 'ਚ 29 ਨਵੇਂ ਕੋਰੋਨਾ ਦੇ ਮਾਮਲੇ ਨਿਕਲ ਕੇ ਸਾਹਮਣੇ ਆਏ ਨੇ। ਚੰਡੀਗੜ੍ਹ 'ਚ ਹਲੇ ਤੱਕ 9,722 ਮਰੀਜ਼ਾਂ ਦੇ ਟੈਸਟ ਕੀਤੇ ਜਾ ਚੁੱਕੇ ਨੇ, ਜਿਸ ਵਿੱਚ ਹਲੇ ਤੱਕ 588 ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਇਸ ਵਕਤ 157 ਮਰੀਜ਼ ਐਕਟਿਵ ਕੋਰੋਨਾ ਮਰੀਜ਼ ਦੱਸੇ ਜਾ ਰਹੇ ਨੇ। ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਖਬਰ, ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com।